ਸਾਡੇ ਜਿਹੜੇ MLA ਸਾਹਿਬਾਨ ਨੇ ਮੰਤਰੀ ਸਾਹਿਬਾਨ ਨੇ ਬੜੇ ਖੁਸ਼ ਨੇ ਵੀ ਬੜਾ ਵਧੀਆ ਬਜਟ ਹੈ, ਬੜੀ ਵਧੀਆ ਸਰਕਾਰ ਚੱਲ ਰਹੀ ਹੈ। ਜਿੱਧਰ ਜਾਂਦੇ ਹਾਂ ਬੱਲੇ ਬੱਲੇ ਹੈ, ਫੇਸਬੁੱਕ 'ਤੇ ਵੀ ਬੱਲੇ 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 ਉਹ ਸ਼ੇਰਾ ਬੱਲੇ। ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਸਪੀਕਰ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਚੇਅਰ ਦੀ ਬਜਾਏ ਥੋੜ੍ਹਾ ਜਿਹਾ ਇੱਧਰਲੀਆਂ ਚੇਅਰਾਂ ਨੂੰ ਐਡਰੈਸ ਕਰਦਾ। ਜੀ ਜੀ ਜੀ, ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਨੂੰ ਮੌਕਾ ਦਿੱਤਾ ਲੋਕਾਂ ਨੇ ਤਾਂ ਹੰਕਾਰ ਨਹੀਂ ਕਰਨਾ, ਕਿਉਂਕਿ ਦੇਖੋ ਮੁਹੰਮਦ ਬਖਸ਼ ਨੇ ਲਿਖਿਆ, ਬਹੁਤੀ ਖੁਸ਼ੀ ਵੀ ਗਮੀ ਬਰਾਬਰ, ਬਹੁਤੀ ਖੁਸ਼ੀ ਵੀ ਗਮੀ ਬਰਾਬਰ, ਇਸ ਵਿੱਚ ਸ਼ੱਕ ਨਾ ਜਾਣੀ, ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜਿਨ੍ਹਾਂ ਨੂੰ ਬਹੁਤਾ ਪਾਣੀ। ਸੋ ਬਾਹਲੀ ਖੁਸ਼ੀ ਨਹੀਂ ਮਨਾਉਣੀ ਵੀ ਅਸੀਂ ਪਤਾ ਨਹੀਂ, ਹਜੇ ਤਾਂ ਬਹੁਤ ਕੁਛ ਪਿਆ, ਬੜੇ ਕੰਮ ਪਏ ਨੇ, ਹਜੇ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਆਪਾਂ ਨੇ। ਸੋ ਹਲੀਮੀ ਨਾਲ ਲੋਕਾਂ ਕੋਲੇ ਜਾਓ, ਅਫਸਰਾਂ ਕੋਲੇ ਜਾਓ, ਵਿਰੋਧੀ ਪਾਰਟੀ ਵਾਲੇ ਕੋਈ ਆਉਂਦੇ ਨੇ ਕੋਈ ਦੱਸਦੇ ਨੇ ਮਸਲਾ, ਇਹ ਨਾ ਸਮਝੋ ਕਿ ਤਾਂ ਇਹਨਾਂ ਦਾ, ਉਹ ਲੋਕਾਂ ਦਾ। ਦੇਖੋ ਇਹਨਾਂ ਨੂੰ ਵੀ ਵੋਟਾਂ ਉਸੇ ਲਾਈਨ 'ਚ ਹੀ ਖੜੇ ਸੀਗੇ, ਉਸੇ ਲਾਈਨ 'ਚ ਆਪਾਂ ਨੂੰ ਵੋਟਾਂ ਪਈਆਂ, ਉਸੇ ਲਾਈਨ 'ਚ ਇਹਨਾਂ ਨੂੰ ਪਈਆਂ ਨੇ। ਜ਼ਿਆਦਾ ਹੋਵੇ ਨਾ, ਇਹਨਾਂ ਦੀ ਲਾਈਨ ਵੱਖਰੀ ਹੋ ਗਈ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਉਹਨੂੰ ਲੋਕਾਂ ਲਈ ਵਰਤੋ, ਲੋਕਾਂ ਉੱਤੇ ਨਾ ਵਰਤੋ। ਜਿਵੇਂ ਇਦੋਂ ਪਹਿਲਾਂ ਨੇ ਸਰਕਾਰਾਂ ਲੋਕਾਂ ਉੱਤੇ ਤਾਕਤ ਵਰਤੀਆਂ ਰਹੀਆਂ, ਲੋਕਾਂ ਲਈ ਵਰਤਣਾ ਚਾਹੀਦਾ। ਸੋ ਮੈਂ ਇਦੋਂ ਪਹਿਲਾਂ ਮੇਰੇ ਜਿਹੜੇ ਕੁਲੀਗ ਸੀਗੇ ਜਿਨ੍ਹਾਂ ਨੇ ਪੰਜਾਬ ਲਈ ਬਜਟ ਪੇਸ਼ ਕੀਤੇ ਜਾਂ ਵੱਖ ਵੱਖ ਮਹਿਕਮਿਆਂ ਦੇ ਮੰਤਰੀ ਰਹੇ, ਉਹਨਾਂ ਲਈ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਕਦੇ ਵੀ ਮਤਲਬ ਇਸ ਤਰ੍ਹਾਂ ਨਹੀਂ ਸੋਚਿਆ ਕਿ ਆਹ ਫਾਈਲ ਜਿਹੜੀ ਹੈ ਜੇ ਮੈਂ ਸਾਈਨ ਕਰ ਦੂੰਗਾ ਤਾਂ ਇਹਦੇ ਨਾਲ ਲੋਕਾਂ 'ਤੇ ਕੀ ਪ੍ਰਭਾਵ ਪਊਗਾ। ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਫਾਈਲਾਂ ਆਉਂਦੀਆਂ ਨੇ ਕਿ ਮੈਨੂੰ ਸੋਚ ਕੇ ਲੱਗਦਾ ਯਾਰ ਕੀ ਸੋਚ ਕੇ ਸਾਈਨ ਕਰਤੇ, ਸਿਰਫ ਤੇ ਸਿਰਫ ਟੈਕਸ ਲੋਕਾਂ ਵਾਸਤੇ ਬਣੇ ਨੇ, ਕੁਛ ਆਪਦੀਆਂ ਵੀ ਸਹੂਲਤਾਂ ਛੱਡੋ। ਅਸੀਂ ਵੀ ਜਿਵੇਂ ਕਿਹਾ ਕਿ ਅਸੀਂ ਪੈਨਸ਼ਨਾਂ ਜਿਹੜੀਆਂ ਨੇ ਉਹ ਇੱਕ ਕਰਤੀਆਂ, ਅਤੇ ਲੋਕਾਂ ਨੇ ਦੁਬਾਰਾ ਚੁਣ ਲੈਣਗੇ ਤੁਹਾਨੂੰ। ਤੁਸੀਂ ਸਗੋਂ ਇਹ ਦੁਆ ਕਰਿਆ ਕਰੋ, ਤੁਸੀਂ ਇਹ ਕਿਉਂ ਰੌਲਾ ਪਾਉਂਦੇ ਹੋ ਕੋਈ ਪੈਨਸ਼ਨਾਂ ਕਿਉਂ ਘਟਾ ਰਹੇ ਹੋ ਜੀ, ਤੁਸੀਂ ਇਹ ਦੁਆ ਕਰਿਆ ਕਰੋ ਜੀ ਪੈਨਸ਼ਨਾਂ ਘਟਾ ਦਿਉ, ਅਸੀਂ ਤਾਂ ਹਮੇਸ਼ਾ ਚੁਣੇ ਹੀ ਜਾਂਦੇ ਰਹਾਂਗੇ, ਚੁਣਿਆ ਹੋਇਆ ਦੀ ਤਨਖਾਹ ਤਾਂ ਨਹੀਂ ਕਢਾਈ ਨਾ, ਤੁਸੀਂ ਐਂ ਕਿਉਂ ਕਹੀ ਜਾਂਦੇ ਵੀ ਅਗਲੀ ਵਾਰ ਪੈਨਸ਼ਨ ਲੱਗੂ ਜੀ। ਸਾਬਕਾ ਬਣਨ ਦੀ ਕੋਸ਼ਿਸ਼ ਨਾ ਕਰੋ, ਮੌਜੂਦਾ ਰਹੋ।